ਫੇਸ ਟੂ ਫੇਸ ਪ੍ਰੋਗਰਾਮ ਦੇਖ ਰਹੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਅੱਜ ਚਰਚਾ ਲਈ ਮੇਰੇ ਨਾਲ ਮੌਜੂਦ ਨੇ ਸਰਦਾਰ ਯਾਦਵਿੰਦਰ ਸਿੰਘ ਬੁੱਟਰ ਜਿਹੜੇ ਕਿ ਕਹਿ ਸਕਦੇ ਆ ਕਿ ਪੰਜਾਬ ਦੇ ਰਾਜਸੀ ਖੇਤਰਾਂ ਦੇ ਵਿੱਚ ਇੱਕ ਨੌਜਵਾਨ ਸ਼ਖਸੀਅਤ ਦੇ ਵਜੋਂ ਉੱਭਰ ਰਹੀ ਨੇ ਕਿਉਂਕਿ ਅਸੀਂ ਜਾਣਦੇ ਹਾਂ ਕਿ ਅੱਜ ਜੇਕਰ ਅਸੀਂ ਦੇਸ਼ ਦੇ ਕੁੱਲ ਆਬਾਦੀ ਤੇ ਝਾਤ ਮਾਰ ਕੇ ਦੇਖੀਏ ਸਭ ਤੋਂ ਵੱਧ ਨੌਜਵਾਨਾਂ ਦੀ ਇੱਥੇ ਗਿਣਤੀ ਹੈ ਤੇ ਅੱਜ ਲੋੜ ਹੈ ਕਿ ਨੌਜਵਾਨ ਸਿਆਸਤ ਦੇ ਵਿੱਚ ਅੱਗੇ ਆਉਣ ਉਹ ਦੇਸ਼ ਦੀ ਆ ਕੇ ਕਮਾਂਡ ਸੰਭਾਲਣ ਅੱਜ ਅਸੀਂ ਨੌਜਵਾਨਾਂ ਦਾ ਰਾਜਨੀਤੀ ਵੱਲ ਵੱਧਦਾ ਰੁਝਾਨ ਜਾਂ ਨੌਜਵਾਨਾਂ ਦਾ ਰਾਜਨੀਤੀ ਵੱਲ ਕੀ ਉਹਨਾਂ ਦੀ ਦੇਖ ਹੈ ਇਸ ਵਿਸ਼ੇ ਤੇ ਚਰਚਾ ਕਰਾਂਗੇ ਬੁੱਟਰ ਸਾਹਿਬ ਮੈਂ ਤੁਹਾਡਾ ਸਵਾਗਤ ਕਰਦਾ ਬੁੱਟਰ ਸਾਹਿਬ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਕਿ ਅੱਜ ਜੇਕਰ ਦੇਖ ਕੁੱਲ ਆਬਾਦੀ ਦੇਖੀਏ ਦੇਸ਼ ਦੀ ਤਾਂ ਸਭ ਤੋਂ ਵੱਧ ਜਿਹੜੀ ਨੌਜਵਾਨਾਂ ਦੀ ਗਿਣਤੀ ਹੈ ਪਰੰਤੂ ਅਜੇ ਵੀ ਨੌਜਵਾਨ ਹੈ ਜਿਹੜਾ ਉਹ ਰਾਜਨੀਤੀ ਦੇ ਵਿੱਚ ਆਉਣਾ ਪਸੰਦ ਨਹੀਂ ਕਰਦਾ। ਸਭ ਤੋਂ ਪਹਿਲਾਂ ਤੇ ਸੋਢੀ ਸਾਹਿਬ ਤੁਹਾਡਾ ਧੰਨਵਾਦ ਤੁਸੀਂ ਮੈਨੂੰ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਆਉਂਦਾ ਮੌਕਾ ਦਿੱਤਾ ਦਰਸ਼ਕਾਂ ਦੇ ਰੂਬਰੂ ਹੁੰਦਾ ਮੌਕਾ ਦਿੱਤਾ। ਤੁਸੀਂ ਬਿਲਕੁਲ ਠੀਕ ਸਵਾਲ ਕੀਤਾ ਵਾ ਔਰ ਮੈਂ ਸਮਝਦਾ ਮੈਨੂੰ ਵੀ ਕਰੀਬ 15-16 ਸਾਲ ਹੋ ਗਿਆ ਲੋਕਾਂ ਦੇ ਵਿੱਚ ਵਿਚਰਦਿਆਂ। ਨੌਜਵਾਨਾਂ ਦਾ ਉਤਸ਼ਾਹ ਬਹੁਤ ਆ। ਰਾਜਨੀਤਿਕ ਹੋਣਾ ਚਾਹੁੰਦੇ ਆ ਦੇਸ਼ ਦੇ ਵਾਸਤੇ ਕੁਝ ਕਰਨਾ ਚਾਹੁੰਦੇ ਆ ਲੇਕਿਨ ਜਦੋਂ ਰਾਜਨੀਤਿਕ ਪਾਰਟੀਆਂ ਦੇ ਵਿੱਚ ਵੜਦੇ ਆ ਉੱਥੇ ਦੇਖਦੇ ਆ ਐਮਐਲਏ ਮਨਿਸਟਰ ਜਿਹੜੇ ਆ ਉਹ ਨੌਜਵਾਨਾਂ ਦੀ ਸ਼ਕਤੀ ਨੂੰ ਯੂਜ਼ ਕਰਦੇ ਆ ਕਿਤੇ ਧਰਨੇ ਦਾ ਕੋਈ ਪ੍ਰੋਗਰਾਮ ਹੋਵੇ ਕਿਤੇ ਕੋਈ ਸਰਕਾਰ ਵਿਰੋਧੀ ਲਹਿਰ ਹੋਵੇ ਉੱਥੇ ਨੌਜਵਾਨਾਂ ਦੀ ਸ਼ਕਤੀ ਨੂੰ ਵਰਤ ਕੇ ਰਾਜਭਾਗ ਬਣਾਇਆ ਜਾਂਦਾ ਔਰ ਜਦੋਂ ਉਸ ਰਾਜਪਾਗ ਦੇ ਵਿੱਚ ਭਾਈਵਾਲ ਬਣਾਉਣ ਦੀ ਗੱਲ ਹੁੰਦੀ ਆ ਤੇ ਉਸ ਟਾਈਮ ਸਰਕਾਰਾਂ ਦੇ ਐਮਐਲਆ ਦੇ ਮੁੱਖ ਮੰਤਰੀਆਂ ਦੇ ਜਿਹੜੇ ਪਰਿਵਾਰ ਆ ਉਹਨਾਂ ਦੇ ਜਿਹੜੇ ਕਾਕੇ ਆ ਉਹਨਾਂ ਨੂੰ ਨਿਯੁਕਤੀਆਂ ਦੇ ਕੇ ਸਰਕਾਰੀ ਪਦਵੀਆਂ ਦੇ ਕੇ ਉਸ ਉਸ ਗੱਲ ਨੇ ਨੌਜਵਾਨਾਂ ਨੂੰ ਡੀਮੋਟੀਵੇਟਾਈਜ਼ ਕਰ ਦਿੱਤਾ ਵਾ ਖਾਸ ਕਰਕੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਰੀਜਨਲ ਪਾਰਟੀਆਂ ਹੈਗੀਆਂ ਵਾਂ ਉਹਦੇ ਵਿੱਚ ਵੀ ਕਈ ਇਹੋ ਜਿਹੇ ਜਿਹੜੇ ਮੁੱਦੇ ਆ ਜਿਹਦੇ ਕਰਕੇ ਨੌਜਵਾਨ ਜਿਹੜੇ ਆ ਉਹ ਇਹ ਹੁਣ ਮਹਿਸੂਸ ਕਰ ਰਹੇ ਆ ਕਿ ਅਸੀਂ ਆਪਣੀ ਨੌਜਵਾਨੀ ਜਿਹੜੀ ਆ ਅਸੀਂ ਦੇਸ਼ ਵਾਸਤੇ ਕੁਝ ਕਰਨਾ ਚਾਹ ਰਹੇ ਆ ਲੇਕਿਨ ਸਾਨੂੰ ਸਹੀ ਦਿਸ਼ਾ ਦੇਣ ਵਾਲੇ ਚੰਗੇ ਲੀਡਰਾਂ ਦੀ ਘਾਟ ਆ ਜਿ ਇੱਕ ਸਮਾ ਸੀਗਾ ਜਦੋਂ ਨੇਤਾ ਜਿਹੜੇ ਆ ਉਹ ਨੌਜਵਾਨਾਂ ਨੂੰ ਪ੍ਰਮੋਟ ਕਰਦੇ ਸੀਗੇ ਔਰ ਪ੍ਰਮੋਟ ਕਰਨ ਤੋਂ ਬਾਅਦ ਉਹ ਦੇਸ਼ ਦੇ ਜਜ਼ਬੇ ਦੇ ਨਾਲ ਰਾਜਨੀਤੀ ਕਰਦੇ ਸੀਗੇ ਔਰ ਮੈਨੂੰ ਅੱਜ ਦੀ ਤਰੀਕ ਦੇ ਵਿੱਚ ਬਹੁਤ ਘੱਟ ਚੰਦ ਹੀ ਸਿਆਸਤ ਦੇ ਵਿੱਚ ਕੁਝ ਲੋਕ ਕੁਝ ਨੇਤਾ ਇਹੋ ਜਿਹੇ ਮਹਿਸੂਸ ਹੁੰਦੇ ਆ ਜਿਹੜੇ ਅੱਜ ਵੀ ਨੌਜਵਾਨਾਂ ਨੂੰ ਉਤਸ਼ਾਹਿਤ ਕਰਦੇ ਆ ਨਹੀਂ ਤੇ ਅਦਰਵਾਈਜ਼ ਨੌਜਵਾਨੀ ਨੂੰ ਯੂਜ਼ ਕਰਕੇ ਥਰੋ ਕਰਨ ਦੀ ਜਿਹੜੀ ਗੱਲ ਚੱਲ ਰਹੀ ਹੈ ਉਹਦੇ ਕਰਕੇ ਨੌਜਵਾਨ ਜਿਹੜੇ ਡੀਮੋਲਾਈਜ਼ ਹੋ ਕੇ ਚੱਲ ਰਹੀ ਹੈ ਗੁੱਟ ਸਰ ਤੋਂ ਡਾ ਕੀ ਇਹ ਮੰਨਣਾ ਹੈ ਕਿ ਹਰ ਇੱਕ ਰਾਜਨੀਤੀ ਤਾਂ ਪਾਉਂਦੀ ਔਰਿਜਨਲ ਪਾਰਟੀ ਪਾਉਂਦੀ ਦੇਸ਼ ਦੀ ਗੱਲ ਕਰੀਏ ਉੱਥੇ ਇੱਕ ਪਰਿਵਾਰ ਦਾ ਕਬਜ਼ਾ ਹੋ ਗਿਆ ਜੇ ਆਪਾਂ ਖੇਤੀ ਕਰੀ ਇਹ ਵੀ ਇੱਕ ਪਰਿਵਾਰ ਦਾ ਜਾਂ ਇੱਕ ਗੁੱਟ ਦਾ ਕਬਜ਼ਾ ਹੋ ਜਾਂਦਾ ਅੱਜ ਪਿਓ ਐਮਐਲਏ ਬਣਿਆ ਪਿਓ ਆਉ ਚਾਹੂਗਾ ਕਿ ਮੈਂ ਆਪਦੇ ਮੁੰਡੇ ਨੂੰ ਬਣਾਵਾ ਇਸ ਕਰਕੇ ਕਿਸੇ ਹੋਰ ਨੂੰ ਅੱਗੇ ਨਹੀਂ ਆਉਣ ਦਿੰਦੇ ਹਾਂਜੀ ਹਾਂਜੀ ਇਹ ਇਹੀ ਰੀਜ਼ਨ ਆ ਔਰ ਮੈਂ ਸਮਝਦਾ ਮਾਂ ਕਿ ਇਹ ਰੀਜ਼ਨ ਦੇ ਨਾਲ ਜਿਆਦਾ ਟਾਈਮ ਚੱਲਿਆ ਨਹੀਂ ਜਾ ਸਕਦਾ ਇਹਦੇ ਨਾਲ ਦੇਸ਼ ਦਾ ਜਿਹੜਾ ਭਵਿੱਖਵਾ ਨੌਜਵਾਨ ਆ ਔਰ ਜੇ ਨੌਜਵਾਨ ਨੂੰ ਹੀ ਅਸੀਂ ਨਹੀਂ ਸੰਭਾਲਾਂਗੇ ਮੈਂ ਅਕਸਰ ਮੈਨੂੰ ਪਿੰਡਾਂ 'ਚ ਜਾਂਦਾ ਮੌਕਾ ਮਿਲਦਾ ਮੈਂ ਲਗਾਤਾਰ ਵਿਚਰਦਾ ਪਿਆ ਮਾਂ ਔਰ ਮੈਨੂੰ ਬੜਾ ਦੁੱਖ ਲੱਗਦਾ ਵਾ ਜਦੋਂ ਮੈਂ ਮਹਿਸੂਸ ਕਰਦਾ ਵਾਂ ਕਿ ਪਿੰਡਾਂ 'ਚ ਜਾ ਕੇ ਜੀ ਉਹਨਾਂ ਦੇ 10 ਕਿੱਲੇ ਜ਼ਮੀਂਦਾਰ ਦੇ ਆ ਉਹਨੇ ਜੀ ਆਪਣੇ 2 ਕਿੱਲੇ ਗਹਿਣੇ ਪਾ ਕੇ ਜਾਂ ਜ਼ਮੀਨ ਵੇਚ ਕੇ ਆਪਣੇ ਮੁੰਡੇ ਨੂੰ ਬਾਹਰ ਭੇਜਣ ਦੀ ਗੱਲ ਕਰਦੇ ਆ ਅਸੀਂ ਜਦੋਂ ਜਾਣਦੇ ਆ ਅਸੀਂ ਕਹਿੰਨੇ ਨਹੀਂ 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 ਇੱਥੇ ਰਹੋ ਦੇਸ਼ ਦੀ ਸੇਵਾ ਕਰੋ ਉਹ ਕਹਿੰਦੇ ਦੇਸ਼ ਦੀ ਸੇਵਾ ਕੀ ਕਰੀਏ ਆਪਾਂ ਆਪਣੇ ਢਿੱਡੋਂ ਭੁੱਖੇ ਮਰੀ ਜਾਂਦੇ ਪਏ ਆ ਇਹੋ ਜੀ ਸੋਚ ਨੌਜਵਾਨਾਂ ਦੀ ਜਿਹੜੀ ਆ ਵਿਦੇਸ਼ਾਂ ਵੱਲ ਨੂੰ ਇਹ ਹਾਲਾਤ ਜਿਹੜੇ ਆ ਨੌਜਵਾਨਾਂ ਨੂੰ ਡੀਮੋਟਿਵੇਟ ਕਰਕੇ ਵਿਦੇਸ਼ਾਂ ਵੱਲ ਨੂੰ ਤੱਕ ਤੱਕ ਦੇ ਪਏ ਆ ਔਰ ਇਹ ਆਉਣ ਵਾਲੇ ਸਮੇਂ ਦੇ ਵਾਸਤੇ ਘੱਟੋ ਘੱਟ ਪੰਜਾਬ ਵਾਸਤੇ ਬਹੁਤ ਘਾਤਕ ਸਿੱਧ ਹੋਊਗਾ ਜੇ ਪੰਜਾਬ ਦੇ ਵਿੱਚ ਨੌਜਵਾਨ ਹੀ ਨਹੀਂ ਰਹਿਣਗੇ ਕੋਈ ਦੇਸ਼ ਸੇਵਾ ਦਾ ਜਜ਼ਬਾ ਹੀ ਨਹੀਂ ਰਹੂਗਾ ਨੌਜਵਾਨਾਂ ਤੇ ਤੇ ਫਿਰ ਜਿਵੇਂ ਜਿਵੇਂ ਸਾਡੇ ਤੇ ਪਹਿਲਾਂ ਦੁਸ਼ਮਣਾਂ ਹਾਵੀ ਹੁੰਦੇ ਰਹੇ ਤੇ ਫਿਰ ਇਨ੍ਹਾਂ ਬਾਰਡਰਾਂ ਤੇ ਇਹ ਜਿਹੜੇ ਨੌਜਵਾਨ ਜਿਹੜੇ ਜਿਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲੂਗਾ ਇਹ ਕਿੱਧਰ ਜਾਣਗੇ ਇਸ ਕਰਕੇ ਮੈਂ ਸਮਝਦਾ ਹਾਂ ਪੀਐਸ ਸਿਸਟਮ ਨੂੰ ਬਦਲਣ ਦੀ ਬੜੀ ਸ਼ਕਤੀ ਨਾਲ ਲੋੜ ਆ ਔਰ ਖਾਸ ਕਰਕੇ ਇਹਦੇ ਵਾਸਤੇ ਮੀਡੀਆ ਜਿਹੜਾ ਵਾ ਉਹ ਇਮਾਨਦਾਰੀ ਦੇ ਨਾਲ ਅੱਗੇ ਵਧ ਕੇ ਇਮਾਨਦਾਰੀ ਨਾਲ ਰੋਲ ਅਦਾ ਕਰੇ ਔਰ ਨੌਜਵਾਨਾਂ ਨੂੰ ਉਤਸ਼ਾਹਿਤ ਕਰੇ ਔਰ ਇਹਨਾਂ ਨੂੰ ਰਾਜਨੀਤੀ ਦੇ ਵਿੱਚ ਦੇਸ਼ ਸੇਵਾ ਦੇ ਜਜ਼ਬੇ ਦੇ ਨਾਲ ਲੋਕਾਂ ਦੀ ਸੇਵਾ ਕਰਨ ਦਾ ਜਜ਼ਬਾ ਜਿਹੜਾ ਇਹ ਖਤਮ ਹੁੰਦਾ ਜਾ ਰਿਹਾ ਇਹਨੂੰ ਦੁਬਾਰਾ ਤੋਂ ਉਤਸ਼ਾਹਿਤ ਕਰਨ ਦੀ ਲੋੜ ਹੈ ਬੁੱਟਰ ਸਾਹਿਬ ਇਹ ਕਿੰਨੇ ਤੁਸੀਂ ਸਹਿਮਤ ਹੋ ਕਿ ਜੇਕਰ ਦੇਖੀਏ ਤਾਂ ਜੋ ਸਿਆਸਤ ਜਿਹੜੀ ਹੈ ਬੜੀ ਮਹਿੰਗੀ ਖੇਡ ਹੋ ਗਈ ਹੈ ਕੋਈ ਆਮ ਮਾਤੜ ਬੰਦਾ ਆਮ ਆਦਮੀ ਬੰਦਾ ਜਿਹੜਾ ਉਹ ਰਾਜਨੀਤੀ ਚ ਆ ਹੀ ਨਹੀਂ ਸਕਦਾ ਇਹ ਠੀਕ ਹੈ ਸੋਢੀ ਸਾਹਿਬ ਤੁਹਾਡਾ ਵੀ ਬੜਾ ਵੱਡ ਤਜਰਬਾ ਵਾ ਤੁਸੀਂ ਵੀ ਬੜੇ ਲੰਬੇ ਸਮੇਂ ਤੋਂ ਬੜੇ ਬੜੇ ਸਿਆਸਦਾਨ ਲੋਕਾਂ ਦੇ ਜੀਵਨੀਆਂ ਨੂੰ ਚੰਗੀ ਤਰ੍ਹਾਂ ਪਰਖਿਆ ਵਾ ਔਰ ਮੈਂ ਸਮਝਦਾ ਮਾਂ ਕਿ ਕੋਈ ਇੰਨੀ ਜ਼ਿਆਦਾ ਵੀ ਮਹਿੰਗੀ ਨਹੀਂ ਆ ਇਹ ਅਸੀਂ ਲੋਕਾਂ ਨੇ ਮਹਿੰਗੀ ਕਰ ਲਈ ਆ ਆਪਣਾ ਰਹਿਣ ਸਹਿਣ ਆਪਣਾ ਸਟਾਈਲ ਬਣਾ ਕੇ ਇਹ ਚੀਜ਼ਾਂ ਜਿਹੜੀਆਂ ਮਹਿੰਗੀਆਂ ਗੱਡੀਆਂ ਉਹ ਉਹ ਸਾਰੀਆਂ ਜਿਹੜੀਆਂ ਫੈਸਿਲਿਟੀਆਂ ਵਾ ਜਦੋਂ ਉਹ ਚੀਜ਼ਾਂ ਅਸੀਂ ਲੈਣਾ ਚਾਹੁੰਦੇ ਆ ਉਹਦੇ ਵਾਸਤੇ ਸਾਨੂੰ ਲੱਗਦਾ ਵਾ ਕਿ ਅਸੀਂ ਬਈ ਰਾਜਨੀਤੀ ਜਿਹੜੀ ਹੈ ਬਹੁਤ ਮਹਿੰਗੀ ਹੋਈ ਪਈ ਆ ਜੇ ਅਸੀਂ ਰਾਜਨੀਤੀ ਨੂੰ ਦੇਸ਼ ਦੀ ਸੇਵਾ ਦੇ ਜਜ਼ਬੇ ਦੇ ਨਾਲ ਵੇਖਾਂਗੇ ਤੇ ਫਿਰ ਅਸੀਂ ਇਮਾਨਦਾਰੀ ਦੇ ਨਾਲ ਮੋਟਰਸਾਈਕਲ ਤੇ ਵੀ ਕੰਮ ਕਰ ਸਕਦੇ ਆ ਅਸੀਂ ਇਮਾਨਦਾਰੀ ਦੇ ਨਾਲ ਕੋਈ ਛੋਟੀ ਕੇਜਰੀਵਾਲ ਸਾਹਿਬ ਦਿੱਲੀ ਦੇ ਮੁੱਖ ਮੰਤਰੀ ਰਹੇ ਆ ਛੋਟੀ ਕਾਰ ਵੈਗਨਰ ਕਾਰ ਦੇ ਵਿੱਚ ਰਹਿ ਕੇ ਉਹਨਾਂ ਨੇ ਸੂਬੇ ਦੀ ਇੱਕ ਸਿਆਸਤ ਚਲਾ ਕੇ ਵਿਖਾਈ ਆ ਸਾਡੇ ਹੋਰ ਵੀ ਬੜੇ ਨੇਤਾ ਹੈਗੇ ਆ ਜਿਹੜੇ ਬੜਾ ਸਾਦਗੀ ਦੇ ਨਾਲ ਚੱਲਦੇ ਪਏ ਇਹ ਖਰਚੇ ਤੇ ਆਪਣੇ ਉੱਪਰ ਹੁੰਦੇ ਆ ਕਿ ਅਸੀਂ ਕਿਵੇਂ ਜੇਕਰ ਆਪਾਂ ਚੋਣਾਂ ਦੀ ਗੱਲ ਕਰੀਏ ਜੇ ਅੱਜ ਆਪਾਂ ਵਿਧਾਨ ਸਭਾ ਚੋਣ ਦੀ ਗੱਲ ਕਰਦੇ ਆ ਤਾਂ ਵਿਧਾਨ ਸਭਾ ਚੋਣ ਦੇ ਜੋ ਅੱਜ ਦੇ ਸਿਆਸੀ ਹਾਲਾਤ ਨੇ ਦੇਸ਼ ਦੇ ਵਿੱਚ ਜੋ ਅਸੀਂ ਪਿਛਲੇ 2-3 ਦਹਾਕਿਆਂ ਤੋਂ ਦੇਖ ਰਹੇ ਆ ਖਾਸ ਕਰਕੇ ਜਿਹੜੇ ਪਿਛਲੇ 1 ਦਹਾਕੇ ਤੋਂ ਜਿਹੜਾ ਆ ਅੱਜ ਵਿਧਾਨ ਸਭਾ ਦਾ ਇਲੈਕਸ਼ਨ ਲੜਨਾ ਹੀ ਆਪਣੇ ਆਪ ਚ ਇੱਕ 5 ਕਰੋੜ ਦਾ ਬਜਟ ਹੈ ਜੇ ਕੋ ਤੋਂ ਡੀਜੀ ਵਿੱਚ 5 ਕਰੋੜ ਰੁਪਇਆ ਹੈ ਤਾਂ ਤੁਸੀਂ ਕੰਪੀਟ ਕਰ ਸਕਦੇ ਹੋ ਨਹੀਂ ਤਾਂ ਜੋ ਬੁੱਟਰ ਸਾਹਿਬ ਅੱਜ ਦੌਰ ਹੈ ਨਸ਼ੇ ਦਾ ਵੋਟ ਵਿਕੰਦਾ ਤਾਂ ਉਹਦੇ ਵਿੱਚ ਆਮ ਨੌਜਵਾਨ ਕਹਿ ਲਈਏ ਇਮਾਨਦਾਰ ਕੋਈ ਅੱਗੇ ਆਉਂਦਾ ਕਾਮਯਾਬ ਨਹੀਂ ਹੋ ਸਕਦਾ ਮੈਂ ਸੁਢੀ ਸਾਹਿਬ ਸਹਿਮਤ ਹਾਂ ਲੇਕਿਨ ਇਹਦੇ ਵਾਸਤੇ ਅਸੀਂ ਮਤਲਬ ਲੋਕਾਂ ਦਾ ਦੇ ਦੋਸ਼ ਘੱਟ ਘੱਟ ਸਕਦੇ ਆ ਇਹਦੇ ਵਾਸਤੇ ਅਸੀਂ ਰਾਜਨੀਤਿਕ ਲੀਡਰ ਜਿਹੜੇ ਆ ਇਹਨਾਂ ਨੂੰ ਹੀ ਦੋਸ਼ੀ ਮੰਨਦੇ ਆ ਕਿਉਂਕਿ ਇਹਨਾਂ ਨੇ ਹੀ ਇਹੋ ਜਿਹੇ ਹਾਲਾਤ ਬਣਾਏ ਆ ਬڑا ਸਮਾ ਸੀਗਾ ਸਾਡੇ ਬਜ਼ੁਰਗ ਮੇਰੇ ਬਜ਼ੁਰਗ ਫਰੀडम फाइਟਰ ਰਹੇ ਆ 1922 ਦੇ ਵਿੱਚ ਗੁਰੂਕੇ ਬਾਗਮੂਰਚੇ ਚ ਸ਼ਹੀਦ ਵੀ ਹੋਏ ਆ ਔਰ ਸਾਡੇ ਬਜ਼ੁਰਗਾਂ ਦੇ ਸਮੇਂ ਦੇ ਉੱਤੇ ਜਦੋਂ ਸਿਆਸਤ ਦੀ ਗੱਲ ਹੁੰਦੀ ਸੀਗੀ ਉਸ ਟਾਈਮ ਇੱਕੋ ਗੱਲ ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਸੀਗਾ ਕਿ ਬੰਦੇ ਨੂੰ ਦੇਸ਼ ਸੇਵਾ ਕਰਨੀ ਚਾਹੀਦੀ ਆ ਤੇ ਜਿਹੜੀਆਂ ਵੋਟਾਂ ਆ ਇਮਾਨਦਾਰੀ ਨਾਲ ਵੋਟਾਂ ਪਾਓ ਲੀਡਰ ਨੂੰ ਆਪਣੇ ਕਮਾਂਕਾਰਾਂ ਵਾਸਤੇ ਆਪਾਂ ਫੈਸਲਾ ਕਰਨ ਦੀ ਇੱਕ ਵੋਟ ਪਾ ਕੇ ਅਧਿਕਾਰ ਦਿੰਨੇ ਆ ਕਿ ਤੁਸੀਂ ਬਈ ਸਾਡੇ ਹਿੱਤਾਂ ਦੀ ਰਾਖੀ ਕਰੋਗੇ ਹੋਰ ਜਦੋਂ ਅਸੀਂ ਲੋਕ ਵੋਟਰ ਜਿਹੜੇ ਆ ਵੋਟਾਂ ਪਾ ਕੇ ਇਹਨਾਂ ਨੂੰ ਜਿਤਾ ਦਿੰਦੇ ਰਹੇ ਆ ਔਰ ਉਸ ਤੋਂ ਬਾਅਦ ਇਹ ਲੋਕ ਇਸ ਸਮਝਦੇ ਰਹੇ ਆ ਕਿ ਅਸੀਂ ਤੇ ਵੋਟਰ ਨੂੰ ਵਰਗ ਲਾ ਕੇ ਰਾਜਪਾਲ ਦੇ ਵਿੱਚ ਆ ਗਏ ਹੁਣ ਲੋਕਾਂ ਕੋ ਦੁਬਾਰਾ ਜਾਣ ਦੀ ਲੋੜ ਨਹੀਂ ਤੇ ਜਦੋਂ ਟਾਈਮ ਆਊਗਾ ਉਹਨਾਂ ਲੋਕਾਂ ਨੇ ਕਰਪਸ਼ਨ ਕੀਤੀ ਆਪਣੇ ਆਮ ਸਾਡੇ ਡਿਸਟ੍ਰਿਕਟ ਗਰਦਾਸਪੁਰ ਦੇ ਵਿੱਚ ਅਸੀਂ ਬੜੇ ਬੜੇ ਲੀਡਰ ਵੇਖੇ ਆ ਜਿਨ੍ਹਾਂ ਦੇ ਕੋਲ ਮੋਟਰਸਾਈਕਲ ਵੀ ਨਹੀਂ ਸੀਗਾ ਤੇ ਉਹ ਰਾਜ ਭਾਗ ਦੇ ਵਿੱਚ ਆਏ ਰਾਜਨੀਤੀ ਚਾਹੀ ਤੇ ਅੱਜ ਉਹ 5-500 ਏਕੜ ਜ਼ਮੀਨਾਂ ਦੇ ਮਾਲਕ ਬਣੇ ਪਏ ਆ ਔਰ ਬੜੀਆਂ ਬੜੀਆਂ ਮਹਿੰਗੀਆਂ ਕਾਰਾਂ 50-50 ਲੱਖ ਦੀਆਂ ਕਾਰਾਂ ਤੇ ਉਹ ਲੋਕ ਝੂਟਦੇ ਪਏ ਆ ਉਹ ਲੋਕਾਂ ਨੇ ਇਨ੍ਹਾਂ ਨੇਤਾਵਾਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਭ੍ਰਿਸ਼ਟਾਚਾਰ ਦੇ ਨਾਲ ਲਿਪਤ ਹੁੰਦਿਆਂ ਦੇਖਿਆ ਵਾ ਤੇ ਇਹਨਾਂ ਨੂੰ ਦੁਬਾਰਾ ਇਸ ਮਾੜੇ ਕਰਮ ਕਰਕੇ ਤਰੱਕੀ ਕਰਦਿਆਂ ਦੇਖਿਆ ਫਿਰ ਲੋਕਾਂ ਨੇ ਵੀ ਇਹ ਫੈਸਲਾ ਲੈ ਲਿਆ ਕਿ ਜੇ ਲੀਡਰ ਹੀ ਸਾਡੇ ਨਾਲ ਇਮਾਨਦਾਰ ਨਹੀਂ ਹੈਗੇ ਤੇ ਫਿਰ ਅਸੀਂ ਵੀ ਕਿਹੜੀ ਗੱਲ ਕਰਕੇ ਅਸੀਂ ਇਹਨਾਂ ਨੂੰ ਇਦਾਂ ਪ੍ਰੋਮੋਟ ਕਰੀਏ ਇਸ ਕਰਕੇ ਇਹ ਸਾਰੇ ਤਾਨੇਬਾਨੇ ਦਾ ਜ਼ਿੰਮੇਵਾਰ ਮੈਂ ਲੋਕਾਂ ਨੂੰ ਘਟ ਮੰਨਦਾ ਵਾਂ ਮੈਂ ਰਾਜਨੀਤਿਕ ਲੀਡਰਾਂ ਨੂੰ ਇਸ ਗੱਲ ਦਾ ਦੋਸ਼ੀ ਮੰਨਦਾ ਵਾਂ ਕਿ ਜਿਨ੍ਹਾਂ ਨੇ ਲੋਕਾਂ ਨੇ ਤੇ ਇਮਾਨਦਾਰੀ ਨਾਲ ਇਹਨਾਂ ਨੂੰ ਆਪਣਾ ਰੱਬ ਦਾ ਰੂਪ ਸਮਝ ਕੇ ਇਹਨਾਂ ਨੂੰ ਵੋਟਾਂ ਪਾਉਂਦੇ ਰਹੇ ਆ ਲੇਕਿਨ ਨੇਤਾ ਜਿਹੜੇ ਆ ਉਹ ਵਿਸ਼ਵਾਸ ਘਾਤ ਕਰਦੇ ਰਹੇ ਆ ਜਿਹਦੇ ਕਰਕੇ ਅੱਜ ਇਹ ਹਾਲਾਤ ਬਣ ਚੁੱਕੇ ਆ ਕੇ ਕਰੀਬ ਮਿਨੀਮਮ 5-7 ਕਰੋੜ ਰੁਪਇਆ ਆਪਾਂ ਕਹਿ ਸਕਦੇ ਆਂ ਵੀ ਇਨਿਕ ਚੋਣ ਜੇ ਬੰਦੇ ਦੀ ਜੇਬ ਚ ਹੋਵੇ ਤੇ ਬੰਦਾ ਇਲੈਕਸ਼ਨ ਜਿਹੜੀ ਆ ਲੜ ਸਕਦਾ ਵਾ ਸੋ ਇਹ ਇਹ ਮੋਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਸਾਰਾ ਜਿਹੜਾ ਤਾਣਾ ਬਿਨਾ ਤਾਣਾ ਬਾਣਾ ਬिखर ਚੁੱਕਿਆ ਹੈ ਇੰਨਾ ਸਿਸਟਮ ਸਾਡਾ ਗੰਦਲ ਚੁੱਕਿਆ ਕਿ ਅਸੀਂ ਇਹਦੇ ਤੋਂ ਬਾਹਰ ਨਹੀਂ ਆ ਸਕਦੇ ਜੇਕਰ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਕੋਈ ਪੈਸਾ ਨਹੀਂ ਵੰਡਿਆ ਕੋਈ ਨਸ਼ਾ ਨਹੀਂ ਵੰਡਿਆ ਕੀ ਇਸ ਤਰ੍ਹਾਂ ਦੇ ਹਾਲਾਤ ਪੂਰੇ ਦੇਸ਼ ਦੇ ਵਿੱਚ ਬਣ ਸਕਤੇ ਹੈ ਕਿ ਲੋਕ ਆਪ ਨਕਾਰਨ ਕਿ ਅਸੀਂ ਪੈਸਾ ਨਹੀਂ ਲਵਾਂਗੇ ਅਸੀਂ ਕਿ ਜਾਗਰੂਕਤਾ ਇੰਨੀ ਲਿਆਂਦੀ ਜਾ ਸਕਦੀ ਹੈ ਦੇਖੋ ਮੈਂ ਸਮਝਦਾ ਇੰਨੀ ਜਾਗਰੂਕਤਾ ਜਿਹੜੀ ਆ ਉਹ ਲਿਆਂਦੀ ਜਾ ਸਕਦੀ ਹੈ ਲੇਕਿਨ ਘੱਟ ਤੋਂ ਘੱਟ ਇਸ ਜਾਗਰੂਕਤਾ ਵਾਸਤੇ ਸਭ ਤੋਂ ਪਹਿਲਾਂ ਤੇ ਮੀਡੀਆ ਨੂੰ ਅਹਿਮ ਰੋਲ ਅਦਾ ਕਰਨਾ ਪਊਗਾ ਔਰ ਦੂਸਰੀ ਗੱਲ ਹੈ ਕਿ ਇਸ ਦੇਸ਼ ਦੀ ਜਿਹੜੀ ਐਜੂਕੇਸ਼ਨ ਆ ਉਸ ਸੂਬੇ ਦੀ ਐਜੂਕੇਸ਼ਨ ਆ ਪੰਜਾਬ ਦੀ ਉਹਦੇ ਵੱਲ ਧਿਆਨ ਦੇਣਾ ਪਊਗਾ ਜੇ ਸਾਡੇ ਬੱਚੇ ਪੜ੍ਹ ਲਿਖ ਜਾਣਗੇ ਜੇ ਜਾਗਰੂਕ ਹੋਣਗੇ ਤੇ ਤਾਂ ਹੀ ਕਾਨੂੰਨ ਦਾ ਰਾਜ ਆ ਸਕਦਾ ਵਾ ਜੇ ਕਾਨੂੰਨ ਦਾ ਰਾਜ ਆ ਗਿਆ ਜੇ ਅਫਸਰ ਇਮਾਨਦਾਰ ਹੋਗੇ ਤੇ ਫਿਰ ਹੀ ਕੋਈ ਤਾਨਾ ਬਾਨਾ ਬਦਲਿਆ ਜਾ ਸਕਦਾ ਵਾ ਆਦਰਵਾਇਜ਼ ਜੇ ਕਾਨੂੰਨ ਦਾ ਰਾਜ ਨਹੀਂ ਹੈਗਾ ਤੇ ਫਿਰ ਫਿਰ ਅੱਜ ਦੀ ਤਰੀਕ ਦੇ ਵਿੱਚ ਕਈ ਪੀੜ੍ਹੀਆਂ ਨੂੰ ਅਜੇ ਸੰਘਰਸ਼ ਹੋਰ ਕਰਨਾ ਪਊਗਾ ਦੁਬਾਰਾ ਤੋਂ ਦੇਸ਼ ਨੂੰ ਇਹੋ ਜਿਹੇ ਪ੍ਰਸ਼ਤ ਲੀਡਰਾਂ ਕੋਲੋਂ ਆਜ਼ਾਦ ਕਰਾਉਣ ਵਾਸਤੇ ਅਜੇ ਕਈ ਨੌਜਵਾਨਾਂ ਨੂੰ ਆਪਣੀਆਂ ਜਵਾਨੀਆਂ ਜਿਹੜੀਆਂ ਵਾਂ ਦਾਅ ਤੇ ਲਾ ਕੇ ਹੋਰ ਸੰਘਰਸ਼ ਕਰਨਾ ਪਊਗਾ ਇਹ ਰਾਜ ਭਾਗ ਇਕੱਲਾ ਮਕਸਦ ਨਹੀਂ ਰਾਜ ਭਾਗ ਲੋਕਾਂ ਨੂੰ ਸੁੱਖ ਕਿਦਾਂ ਦਿੱਤਾ ਜਾਵੇ ਇਹੋ ਜਿਹੇ ਜੇ ਲੀਡਰ ਇਹ ਅੱਗੇ ਆਉਣ ਕੁਝ ਹੋਰ ਵੀ ਨੇਤਾ ਜਿਹੜੇ ਇਹਨਾਂ ਦੀ ਸੋਚ ਤੇ ਉੱਤੇ ਚੱਲਣ ਤੇ ਲੋਕਾਂ ਦਾ ਸਹਿਯੋਗ ਹੋਵੇ, ਮੀਡੀਆ ਦਾ ਸਹਿਯੋਗ ਹੋਵੇ ਤੇ ਫਿਰ ਵੀ ਕੋਈ ਤਾਨਾ ਬੰਨਣਾ ਜਿਹੜਾ ਵਾ ਬਦਲ ਸਕਦਾ ਵਾ। ਅਸੀਂ ਇਹ ਗੱਲ ਨੂੰ ਸਮਝਦੇ ਹਾਂ। ਮੇਰਾ ਕਹਿਣ ਤੋਂ ਪਾਪ ਸੀ ਕਿ ਜਿਵੇਂ ਅੱਗੇ ਲਾਲ ਬਹਾਦਰ ਸ਼ਾਸਤਰੀ ਦੀ ਗੱਲ ਕਰਦੇ ਸੀ ਜਾਂ ਮਹਾਤਮਾ ਗਾਂਧੀ ਦੀ ਗੱਲ ਕਰਦੇ ਸੀ ਅਜਿਹਾ ਕਦ-ਬਾਰ ਅਗਾਗੂ ਲੱਗਦਾ ਹੈ ਅੱਜ ਤੁਹਾਨੂੰ ਦੇਸ਼ ਦੇ ਵਿੱਚ ਹੈ ਜਿਸ ਨੂੰ ਦੇਖ ਕੇ ਚੱਲੀਏ ਸੀ। ਮੈਂ ਇਸ ਗੱਲ ਦੇ ਉੱਤੇ ਸਿਆਸਤ ਤੋਂ ਪਿੱਛੇ हट ਕੇ ਐਜ਼ ਅ ਲੀਮੈਨ ਇੱਕ ਆਮ ਨੌਜਵਾਨ ਆਗੂ ਦੇ ਤੌਰ ਤੇ ਕਿਨੂੰ ਤਾਂ ਕਿਨੂੰ ਸੋਚ ਰਿਹਾ ਕਿ ਉਹ ਅੱਜ ਨੌਜਵਾਨਾਂ ਨੂੰ ਲਈ ਰੋਲ ਮਾਡਲ ਬਣਦਾ ਪਿਆ ਉਸ ਗੱਲ ਦੇ ਉੱਤੇ ਤੇ ਅਸੀਂ ਕਈ ਵਾਰ ਮੀਡੀਆ ਦੇ ਵਿੱਚ ਵੀ ਚਰਚਾ ਕੀਤੀ ਆ ਕਿ ਜਿਹੜੀ ਵੀ ਕੋਈ ਇਹੋ ਜਿਹੀ ਜਿਹੜੀ ਸੋਚ ਕੇਜਰੀਵਾਲ ਜੀ ਨੇ ਸ਼ੁਰੂ ਕੀਤੀ ਹੈ ਦਿੱਲੀ ਤੋਂ ਅਸੀਂ ਉਹਦੀ ਸੋਚ ਦੇ ਜਿਹੜਾ ਸਮਰਥਨ ਕਰਦੇ ਆ ਕਿ ਅਸੀਂ ਐਜ਼ ਅ ਮੈਨ ਜਿਹੜਾ ਵਾ ਐਜ਼ ਅ ਚੰਗੀ ਸੋਚ ਜਿਹੜੀ ਆ ਉਹ ਕੇਜਰੀਵਾਲ ਨੂੰ ਜਿਹੜਾ ਵਾ ਉਹ ਕਹਿੰਨੇ ਆ ਕਿ ਉਹ ਠੀਕ ਆ ਲੇਕਿਨ ਕੁਝ ਨੀਤੀਆਂ ਜਿਹੜੀਆਂ ਵਾ ਉਹਨਾਂ ਦੇ ਵਿੱਚ ਉਹਨਾਂ ਨੂੰ ਵੀ ਸੁਧਾਰ ਲੈਣਾ ਪਊਗਾ ਇਹੋ ਜਿਹੇ ਜਿਹੜੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲਾ ਜਿਹੜਾ ਜज्ਬਾ ਵਾ ਇਹੋ ਜੀ ਗੱਲ ਦੇ ਨਾਲ ਹੀ ਕੋਈ ਨਵੀਂ ਕੋਈ ਗੱਲ ਜਿਹੜੀ ਆ ਚੱਲ ਸਕਦੀ ਆ ਦੇਸ਼ ਦੇ ਵਿੱਚ ਰਾਜਨੀਤੀ ਤੋਂ ਉੱਪਰ ਉੱਠ ਕੇ ਮੈਂ ਇਹ ਗੱਲ ਕੀਤੀ ਆ ਨਾ ਕਿ ਕਿਸੇ ਪਾਰਟੀਬਾਜ਼ੀ ਦੇ ਵਿੱਚ ਸੋ ਇਸ ਕਰਕੇ ਮੈਨੂੰ ਅੱਜ ਦੀ ਤਰੀਕ ਦੇ ਵਿੱਚ ਇਸ ਦੇਸ਼ ਦੇ ਵਿੱਚ ਮਤਲਬ ਹੈ ਜੇ ਬਹੁਤ ਮਿਹਨਤ ਕਰਕੇ ਕੁਝ ਇਹੋ ਜਿਹੇ ਲੀਡਰਾਂ ਨੂੰ ਹੋਰ ਅੱਗੇ ਆਉਣਾ ਪਊਗਾ ਜਿਹਦੇ ਤੋਂ ਕੋਈ ਦੇਸ਼ ਦੇ ਨੌਜਵਾਨ ਜਿਹੜੇ ਉਹਨੂੰ ਆਪਣਾ ਰੋਲ ਮਾਡਲ ਮੰਨ ਸਕਣ ਜੀ ਇਹ ਬੁਟਰ ਸਾਹਿਬ ਕੀ ਸੋਚਦੇ ਹੋ ਕਿ ਅੱਜ ਦਾ ਨੌਜਵਾਨ ਹੈ ਜਿਹੜਾ ਉਹ ਆਪਣੀ ਦੇਸ਼ ਦੀ ਸੇਵਾ ਕੌਮ ਦੀ ਸੇਵਾ ਨੂੰ ਉਹ ਸੋਚਣ ਲਈ ਉਹਨਾਂ ਪਰਪੱਕ ਹੀ ਨਹੀਂ ਹੋਇਆ ਕਿ ਉਹ ਆਪਣੀਆਂ ਨੀਚੀ ਕਹਿ ਸਕਦੇ ਆ ਬੇਰਜ਼ਗਾਰੀ ਨਸ਼ਿਆਂ ਦੀ ਗ੍ਰਿਫਤ ਉਹਦੇ ਵਿੱਚ ਉਲਝ ਕੇ ਗਰਕ ਹੁੰਦਾ ਜਾ ਰਿਹਾ ਕਿ ਉਹ ਦੇਸ਼ ਪ੍ਰਤੀ ਘੱਟ ਸੋਚਦਾ ਨਹੀਂ ਇਹ ਗੱਲ ਤੁਹਾਡੀ ਕੁਝ ਹੱਦ ਤੱਕ ਠੀਕ ਵੀ ਹੈ ਜਿਹੜਾ ਨਸ਼ਿਆਂ ਦੇ ਵਿੱਚ ਨੌਜਵਾਨ ਬਰਬਾਦ ਹੋਏ ਪਏ ਸਾਰਾ ਕੁਝ ਹੈ ਲੇਕਿਨ ਫਿਰ ਵੀ ਜਦੋਂ ਆਪਾਂ ਦੇਖਦੇ ਹਾਂ ਬਾਰਡਰ ਜ਼ਿਲ੍ਹਿਆਂ ਦੇ ਵਿੱਚ ਭਰਤੀ ਖੁੱਲਦੀ ਆ ਬੜੇ ਹੀ ਨੌਜਵਾਨ ਜਿਹੜੇ ਆ ਅੱਜ ਕੱਲ ਪੁਲਿਸ ਦੇ ਵਿੱਚ ਭਰਤੀਆਂ ਖੁੱਲੀਆਂ ਕੁੜੀਆਂ ਨੇ ਬੜਾ ਉਤਸ਼ਾਹਿਤ ਹੋ ਕੇ ਉੱਥੇ ਜਿਹੜਾ ਵਾ ਉਸ ਟ੍ਰੇਨਿੰਗ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਔਰ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਜਦੋਂ ਇਹ ਬੰਦਾ ਭਰਤੀ ਹੋਣਦਾ ਉਹਨਾਂ ਦੇ ਵਿੱਚ ਦੇਸ਼ ਦੇ ਪ੍ਰਤੀ ਜਜ਼ਬਾ ਅਜੇ ਵੀ ਹੈਗਾ ਵਾ ਖਾਸ ਕਰਕੇ ਸਾਡੇ ਪੰਜਾਬੀਆਂ ਦੇ ਵਿੱਚ ਤੇ ਅਸੀਂ ਬੇਸ਼ੱਕ ਮਰੇ ਤੋਂ ਮਰੇ ਹਾਲਾਤਾਂ ਦੇ ਵਿੱਚ ਵੀ ਹੋਈਏ ਲੇਕਿਨ ਸਾਡੇ ਲਹੂ ਦੇ ਵਿੱਚ ਵੀ ਇੱਕ ਦੇਸ਼ ਭਗਤੀ ਹੈ ਸਾਡੇ ਵਿੱਚ ਇੱਕ ਜਜ਼ਬਾ ਵਾ ਵੀ ਅਸੀਂ ਆਪਣੇ ਦੇਸ਼ ਦੇ ਵਾਸਤੇ ਕੁਝ ਕਰਨਾ ਵਾ ਲੇਕਿਨ ਉਸ ਜਜ਼ਬੇ ਨੂੰ ਸੰਭਾਲਣ ਦੀ ਲੋੜ ਆ ਇਹਨਾਂ ਲੀਡਰਾਂ ਨੂੰ ਘੱਟੋ ਘੱਟ ਉਸ ਕੰਟਰੋਲ ਕਰਨ ਦੀ ਲੋੜ ਆ ਕਾਨੂੰਨ ਦਾ ਰਾਜ ਹੋਵੇ ਜਿਹੜਾ ਡਰੱਗ ਮਾਫੀਆ ਵਾ ਇਹਨੂੰ ਸ਼ਕਤੀ ਦੇ ਨਾਲ ਨਜਿੱਠਿਆ ਜਾਵੇ ਇਦਾਂ ਦੇ ਜਿਹੜੇ ਕੁਝ ਵੀ ਸਰਗਰਮ ਕੋਈ ਗੁੰਡੇ ਆ ਕੋਈ ਲੈਂਡ ਮਾਫੀਆ ਹੋ ਗਿਆ ਕੋਈ ਡਰੱਗ ਮਾਫੀਆ ਹੋ ਗਿਆ ਜੇ ਇਹਨਾਂ ਦੇ ਉੱਤੇ ਸ਼ਕਤੀ ਦੇ ਨਾਲ ਕੰਟਰੋਲ ਕੀਤਾ ਜਾਵੇ ਤੇ ਉਸ ਜਜ਼ਬੇ ਨੂੰ ਅੱਜ ਵੀ ਸੰਭਾਲਿਆ ਜਾ ਸਕਦਾ ਵਾ ਜੀ ਬੁੱਟਰ ਸਾਹਿਬ ਚਰਚਾ ਜਾਰੀ ਰੱਖਾਂਗੇ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਵਾਂਗੇ ਬੇਸਟ ਵੇਸ ਪ੍ਰੋਗਰਾਮ ਦੇਖ ਰਹੇ ਦਰਸ਼ਕਾਂ ਦਾ ਮੈਂ ਫਿਰ ਸਵਾਗਤ ਕਰਦਾ ਅੱਜ ਅਸੀਂ ਚਰਚਾ ਕਰ ਰਹੇ ਹਾਂ ਨੌਜਵਾਨਾਂ ਦਾ ਸਿਆਸਤ ਵੱਲ ਰੁਝਾਨ ਜਾਂ ਸਿਆਸਤ ਵੱਲ ਉਹਨਾਂ ਦੀ ਕੀ ਰੁਚੀ ਹੈ ਮੇਰੇ ਨਾਲ ਚਰਚਾ ਵਿੱਚ ਮੌਜੂਦ ਨੇ ਸਰਦਾਰ ਯਾਦਵਿੰਦਰ ਸਿੰਘ ਬੁੱਟਰ ਬੁੱਟਰ ਸਾਹਿਬ ਫਿਰ ਮੈਂ ਤੁਹਾਡਾ ਸਵਾਗਤ ਕਰਦਾ ਮੈਂ ਜੇਕਰ ਤੁਹਾਨੂੰ ਜਾਤੀ ਸਵਾਲ ਪੁੱਛਾਂ ਕਿ ਹਰ ਇੱਕ ਦਾ ਇੱਕ ਮਨਸ਼ਾ ਹੁੰਦੀ ਹੈ ਕਿ ਇੱਕ ਚੰਗਾ ਜ਼ਿਮੀਂਦਾਰ ਬਣੇ ਚੰਗਾ ਇੰਡਸਟ੍ਰੀਅਲਿਸਟ ਬਣੇ ਜਾਂ ਇੰਜੀਨੀਅਰ ਬਣੇ ਡਾਕਟਰ ਬਣੇ ਪਰੰਤੂ ਤੁਸੀਂ ਰਾਜਨੀਤੀ ਦੇ ਵਿੱਚ ਕਿਉਂ ਆਏ ਸਾਡਾ ਰਾਜਨੀਤੀ ਦੇ ਵਿੱਚ ਅਸੀਂ ਇੱਕ ਜज्ਬੇ ਦੇ ਨਾਲ ਆਏ ਆ ਮੈਂ ਵੀ ਇੱਥੇ ਚੰਡੀਗੜ੍ਹ ਹੀ ਮੇਰੀ ਸਕੂਲਿੰਗ ਆ ਇੱਥੇ ਪੜ੍ਹਦੇ ਰਹੇ ਆ ਅਸੀਂ ਪਿੰਡ ਮੇਰੇ ਫਾਦਰ ਸਾਹਿਬ ਜੌਬ ਕਰਦੇ ਰਹੇ ਆ ਤੇ ਰਿਟਾਇਰ ਰੈਕਸਨ ਹੋਏ ਤੇ ਅਸੀਂ ਵੀ ਉਹਨਾਂ ਦੇ ਨਾਲ ਕਈ ਪਾਂਤ ਪਾਂ ਥਾਵਾਂ ਤੇ ਜਿੱਥੇ ਪੋਸਟਿੰਗ ਹੋਣੀ ਉੱਥੇ ਨਾਲ ਚੱਲੇ ਜਾਣਾ ਲੇਕਿਨ ਜਦੋਂ ਅਸੀਂ ਆਪਣੇ ਪਿੰਡ ਰਹਿਣਾ ਸ਼ੁਰੂ ਕੀਤਾ ਔਰ ਸਾਨੂੰ ਆਪਣੇ ਪਰਿਵਾਰ ਦਾ ਜਿਹੜੀ ਹਿਸਟਰੀ ਆ ਉਹਦੇ ਤੋਂ ਅਸੀਂ ਜਾਣੂ ਹੋਏ ਕਿ ਸਾਡੇ ਬਾਪੂ ਜੀ ਜਿਹੜੇ ਆ ਉਹ ਫਰੀडम फाइਟਰ ਰਹੇ ਆ ਔਰ ਦੇਸ਼ ਨੂੰ ਆਜ਼ਾਦ ਕਰਨ ਵਾਸਤੇ ਬੜੇ ਮੋਰਚੇ ਜਿਹੜੇ ਆ ਉਹ ਲੱਗੇ ਉਹਨਾਂ ਦੇ ਵਿੱਚ ਉਹਨਾਂ ਦੇ ਛੋਟੇ ਭਾਈ ਗੁਰੂ ਕੇ ਬਾਗ ਮੋਰਚੇ ਚੁੰਸੋਬਾਈ شہید ਵੀ ਹੋਏ ਆ ਜਦੋਂ ਅਸੀਂ ਆਪਣੇ ਫੈਮਲੀ ਦੇ ਵਿੱਚ ਪੁਰਾਣਾ ਇਹ ਹਿਸਟਰੀ ਦੇਖੀ ਔਰ ਸਾਡੇ ਅੰਦਰ ਵੀ ਇੱਕ ਉਬਾਲ ਉੱਠਦਾ ਰਿਹਾ ਇਹ ਸਿਸਟਮ ਦੇ ਖਿਲਾਫ ਇਹ ਤਾਨਾ ਬਾਨਾ ਜਿਹੜਾ ਵਿਗੜ ਚੁੱਕਿਆ ਵਾ ਵੀ ਅਸੀਂ ਵੀ ਇਹੋ ਜੇ ਸਿਸਟਮ ਦੇ ਖਿਲਾਫ ਆਵਾਜ਼ ਉਠਾਈਏ ਰਾਜਨੀਤੀ ਵਿੱਚ ਛੋਟੀ ਸਾਬ ਅਸੀਂ ਸਮਝਦੇ ਹਾਂ ਕਿ ਕੋਈ ਜ਼ਰੂਰੀ ਐਮਐਲਏ ਬਣਨ ਵਾਸਤੇ ਮਿਨਿਸਟਰ ਬਣਨ ਵਾਸਤੇ ਨਹੀਂ ਆਉਣਾ ਚਾਹੀਦਾ ਰਾਜਨੀਤੀ ਦੇ ਵਿੱਚ ਦੇਸ਼ ਸੇਵਾ ਵਾਸਤੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਸਤੇ ਔਰ ਮੈਂ ਸਮਝਦਾ ਵੀ ਮੈਨੂੰ ਕਾਫੀ ਟਾਈਮ ਹੋ ਗਿਆ ਔਰ ਹੁਣ ਤੇ ਮੈਨੂੰ ਆਦਤ ਹੀ ਪੈ ਚੁੱਕੀ ਆ ਮੈਨੂੰ ਕਈ ਵਾਰ ਸਰਕਾਰ ਦੇ ਵਿੱਚ ਹੋਰ ਕਈ ਚੰਗੇ ਰਾਜਨੀਤਿਕ ਪਾਰਟੀਆਂ ਵੱਲੋਂ ਵੀ ਮੌਕਾ ਮਿਲਿਆ ਵੀ ਤੁਸੀਂ ਸਾਡੀ ਪਾਰਟੀ 'ਚ ਆ ਜਾਓ ਤੁਸੀਂ ਐਵੇਂ ਆ ਜਾਓ ਅਸੀਂ ਇਹੋ ਫੈਸਲਾ ਕੀਤਾ ਕਿ ਜਦੋਂ ਅਸੀਂ ਰਹਿਣਾ ਹੀ ਲੋਕਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾਉਣੀ ਆ ਤੇ ਫਿਰ ਅਸੀਂ ਉਹ ਜਿਹੜੀ ਆਵਾਜ਼ ਵਾ ਸਾਡਾ ਮਕਸਦ ਇਹ ਆ ਕਿ ਅਸੀਂ ਲੋਕਾਂ ਦੇ ਨਾਲ ਜੋ ਧੱਕਾ ਹੁੰਦਾ ਵਾ ਉਸ ਧੱਕੇ ਦੇ ਖਿਲਾਫ ਹਰ ਥਾਂ ਦੇ ਉੱਤੇ ਅਗਾਹ ਵਧੂ ਹੋ ਕੇ ਰੂਲ ਅਦਾ ਕਰੀਏ ਤਾਂ ਕਿ ਜਿਹੜੀ ਪਿਰਤ ਸਾਡੇ ਬਜ਼ੁਰਗਾਂ ਨੇ ਪਾਈ ਸੀਗੀ ਸਾਡੇ ਅਸੀਂ ਵੀ ਉਸ ਪਿਰਤ ਨੂੰ ਅੱਗੇ ਤੋਰੀਏ ਇਸ ਦੇਸ਼ ਦੇ ਵਾਸਤੇ ਅਸੀਂ ਵੀ ਕੁਝ ਕੰਮ ਕਰ ਸਕੀਏ ਜੇ ਉਹਦੇ ਵਾਸਤੇ ਸਾਨੂੰ ਸਿਆਸਤ ਦੇ ਵਿੱਚ ਆ ਕੇ ਕੋਈ ਸਾਨੂੰ ਕੋਈ ਐਮ ਐਲ ਏ ਬਣ ਕੇ ਜਾਂ ਕੋਈ ਹੋਰ ਪਦਵੀ ਲੈ ਕੇ ਕੋਈ ਲੋਕਾਂ ਦੀ ਸੇਵਾ ਕਰਨੀ ਪਵੇ ਤੇ ਅਸੀਂ ਉਹ ਕਰਨ ਵਾਸਤੇ ਯਤਨਸ਼ੀਲ ਜ਼ਰੂਰ ਆ ਲੇਕਿਨ ਬਸ਼ਰਤ ਇੱਕੋ ਹੀ ਆ ਕਿ ਸਾ ਅਸੀਂ ਲੋਕਾਂ ਦੇ ਹਿੱਤਾਂ ਨੂੰ ਸ਼ਿੱਕੇ ਤੇ ਟੰਗ ਕੇ ਸਰਕਾਰਾਂ ਦੇ ਵਿੱਚ ਭਾਈਵਾਲ ਬਨਣਾ ਪਸੰਦ ਨਹੀਂ ਕਰਦੇ ਸਾਡੇ ਵਾਸਤੇ ਲੋਕ ਸੇਵਾ ਜਿਹੜੀ ਆ ਲੋਕਾਂ ਦੀ ਲੜਾਈ ਲੜਨਾ ਉਹ ਐਮ ਅਸੀਂ ਸਮਝਦੇ ਆ ਜਿਹਦੇ ਕਰਕੇ ਅਸੀਂ ਜਾਦਾ ਰਾਜਨੀਤੀ ਦੇ ਵਿੱਚ ਅਗਾਹ ਵੱਧੂ ਰੋਲ ਅਦਾ ਕਰਦੇ ਆ ਬੁੱਟਰ ਸਾਹਿਬ ਜੇਕਰ ਅੱਜ ਪੰਜਾਬ ਤੇ ਦੇਖੀਏ ਹਾਲਾਤ ਪੰਜਾਬ ਦੇ ਇਸ ਤਰ੍ਹਾਂ ਦੇ ਹਾਲਾਤ ਬਣੇ ਕਿ ਇਹਨਾਂ ਨੂੰ ਨੌਜਵਾਨਾਂ ਨੂੰ ਮੋੜਾ ਪਾਉਣ ਦੀ ਲੋੜ ਹੈ ਇਹਨਾਂ ਨੂੰ ਇੱਕ ਨਸ਼ਿਆਂ ਤੋਂ ਜਿੱਤਰੋ ਪਟਕੇ ਉਹ ਤੋਂ ਹਲਾ ਕੇ ਕਿ ਦੇਸ਼ ਦੇਸ਼ ਕੌਮ ਦੀ ਸੇਵਾ ਲਈ ਲਾਉਣ ਦੀ ਲੋੜ ਹੈ ਕੀ ਸੋਚਦੇ ਹੋ ਕਿ ਇਹਨਾਂ ਦੇ ਲਈ ਖਾਸ ਕਰਕੇ ਤੁਹਾਨੂੰ ਜਿਹੜੇ ਨੌਜਵਾਨ ਆਗੂ ਤੁਹਾਨੂੰ ਇੱਕ ਤਰ੍ਹਾਂ ਦੀ ਜਾਗਰੂਕਤਾ ਮਹਿੰਮ ਚਲਾਉਣੀ ਚਾਹੀਦੀ ਹੈ ਅਸੀਂ ਸਹਿਮਤ ਸਾਡੀ ਪਾਰਟੀ ਨੇ ਵੀ ਕਈ ਵਾਰ ਵਿਚਾਰ ਕੀਤਾ ਵਾ ਇਸ ਤੋਂ ਪਹਿਲਾਂ ਮੈਂ ਅਕਾਲੀ ਦਲ ਦੇ ਵਿੱਚ ਵਰਕਿੰਗ ਕਮੇਟੀ ਮੈਂਬਰ ਸੀਗਾ ਔਰ ਜਦੋਂ ਸਾਡੇ ਬਜ਼ੁਰਗਾਂ ਦੇ ਸਮੇਂ ਸੀਗੇ ਪੁਰਾਣਾ ਅਕਾਲ ਦਲ ਸੀਗਾ ਉਹਦੇ ਵਿੱਚ ਵੀ ਵਰਕਰਾਂ ਨੂੰ ਇੱਕ ਟ੍ਰੇਨਿੰਗ ਦਿੱਤੀ ਜਾਂਦੀ ਸੀਗੀ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਿਆ ਜਾਂਦਾ ਸੀਗਾ ਉਹਨਾਂ ਨੂੰ ਟ੍ਰੇਨਿੰਗ ਦੇ ਦੌਰਾਨ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕੀਤਾ ਜਾਂਦਾ ਸੀਗਾ ਮਤਲਬ ਪ੍ਰਾਣੀਆਂ ਸਾਖੀਆਂ ਸੁਣਾਈਆਂ ਜਾਂਦੀਆਂ ਸੀਗੀਆਂ ਗੁਰੂਆਂ ਦੀਆਂ ਮਤਲਬ ਬੰਦਾ ਸਿੰਘ ਬਹਾਦਰ ਹਰੀ ਸਿੰਘ ਨਲੂਏ ਵਰਗੇ ਜਿਹੜੇ ਜਰਨੈਲ ਹੋਏ ਆ ਉਹਨਾਂ ਦੀਆਂ ਜੀਵਨ ਗਾਥਾਵਾਂ ਜੜੀਆਂ ਵਾਂ ਉਹਨਾਂ ਤੋਂ ਉਹਨਾਂ ਦੇ ਨਾਲ ਜੋੜਿਆ ਜਾਂਦਾ ਸੀਗਾ ਔਰ ਸਾਨੂੰ ਕਦੀ ਵੀ ਮੌਕਾ ਮਿਲੇ ਅਸੀਂ ਹਮੇਸ਼ਾ ਯਤਨਸ਼ੀਲ ਹੁੰਨੇ ਆ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਇੱਥੋਂ ਦੇ ਜਿਹੜਾ ਇਤਿਹਾਸ ਆ ਸਿੱਖ ਇਤਿਹਾਸ ਆ ਉਹਦੇ ਨਾਲ ਜੋੜੀਏ ਤਾਂ ਕਿ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹੀ ਕੋਈ ਵਧੀਆ ਕੋਈ ਚੰਗੇ ਨੌਜਵਾਨ ਚੰਗੀ ਸੋਚ ਵਾਲੇ ਨੌਜਵਾਨ ਜਿਹੜਾ ਇਹਨਾਂ ਦੇ ਵਿੱਚੋਂ ਚੰਗੇ ਲੀਡਰ ਪੈਦਾ ਹੋਣ ਕਿਉਂਕਿ ਮੈਂ ਸਮਝਦਾ ਮੈਂ ਇੱਕ ਚੰਗਾ ਲੀਡਰ ਬਨਣਾ ਜਿਹੜਾ ਵਾ ਇੱਕ ਐਮਐਲਏ ਬਨਣਾ ਜਿਹੜਾ ਵਾ ਉਹ ਬਹੁਤ ਸੌਖਾ ਵਾ ਔਰ ਇੱਕ ਚੰਗਾ ਲੀਡਰ ਬਨਣਾ ਉਹ ਬਹੁਤ ਔਖਾ ਵਾ ਔਰ ਚੰਗਾ ਲੀਡਰ ਬਣ ਕੇ ਹੀ ਦੇਸ਼ ਦੀ ਚੰਗੀ ਤਰੀਕੇ ਨਾਲ ਸੇਵਾ ਕੀਤੀ ਜਾ ਸਕਦੀ ਹੈ ਔਰ ਮੈਂ ਸਮਝਦਾ ਜਿਵੇਂ ਰਾਜਨੀਤੀ ਦੇ ਵਿੱਚ ਘੱਟ ਤੋਂ ਘੱਟ ਮੁੱਖ ਮੰਤਰੀ ਦਾ ਪਦਵਾ ਔਰ ਪ੍ਰਧਾਨ ਮੰਤਰੀ ਦਾ ਪਦਵਾ ਜੇ ਇਹੋ ਜਿਹਿਆਂ ਪੋਸਟਾਂ ਦੇ ਉੱਪਰ ਚੰਗੇ ਪਰਿਵਾਰਾਂ ਦੇ ਚੰਗੀ ਸੋਚ ਵਾਲੇ ਚੰਗੇ ਜਜ਼ਬੇ ਵਾਲੇ ਨੇਤਾ ਬੈਠਣਗੇ ਤੇ ਜ਼ਰੂਰ ਦੇਸ਼ ਦੇ ਲੋਕਾਂ ਦਾ ਭਲਾ ਹੋਏਗਾ ਕਿਉਂਕਿ ਇਹੋ ਜਿਹੀਆਂ ਪਦਵੀਆਂ ਦੇ ਉੱਤੇ ਹੀ ਪੰਜਾਬ ਦੇ ਲੋਕਾਂ ਦਾ ਦੇਸ਼ ਦੇ ਲੋਕਾਂ ਦੇ ਕਈ ਕਰੋੜਾ ਲੋਕਾਂ ਦੇ ਜਿਹੜੇ ਭਵਿੱਖਵਾ ਉਹਨਾਂ ਦੇ ਫੈਸਲੇ ਜਿਹੜੇ ਆ ਲੈਣ ਦੀ ਉਹ ਤਾਕਤ ਹੁੰਦੀ ਆ ਔਰ ਉਹ ਤਾਕਤ ਵਾਸਤੇ ਚੰਗੇ ਲੀਡਰਾਂ ਦਾ ਇਹੋ ਜਿਹੀਆਂ ਥਾਵਾਂ ਤੇ ਬੈਠਣਾ ਬੜਾ ਜ਼ਰੂਰੀ ਆ ਜਦੋਂ ਤੱਕ ਇਹੋ ਜਿਹੀਆਂ ਥਾਵਾਂ ਦੇ ਉੱਪਰ ਇਮਾਨਦਾਰ ਔਰ ਚੰਗੇ ਲੀਡਰ ਨਹੀਂ ਬੈਠਣਗੇ ਉਦੋਂ ਤੱਕ ਨੌਜਵਾਨਾਂ ਨੂੰ ਕਿਸੇ ਵੀ ਬੰਦੇ ਨੇ ਚੰਗੀ ਦਿਸ਼ਾ ਵਾਲੇ ਪਾਸੇ ਨੂੰ ਨਹੀਂ ਲੈ ਕੇ ਜਾਣਾ ਇਹ ਪਰਿਵਾਰਵਾਦੀ ਜਿਹੜੀ ਦਿਸ਼ਾ ਵਾ ਨਾ ਇਹ ਖਤਮ ਹੋਣੀ ਚਾਹੀਦੀ ਆ ਔਰ ਮੈਂ ਸਮਝਦਾ ਸਿਆਸਤ ਦੇ ਵਿੱਚ ਫੇਰ ਹੀ ਸਾਡਾ ਦੇਸ਼ ਜਿਹੜਾ ਵਾ ਅੱਗੇ ਵਧ ਸਕੂਗਾ ਫੇਰ ਹੀ ਦੇਸ਼ ਦੇ ਨੌਜਵਾਨਾਂ ਦਾ ਕੋ ਭਲਾ ਹੋ ਸਕੂਗਾ ਬੁੱਟਰ ਸਾਹਿਬ ਕੀ ਮੰਨਦੇ ਹੋ ਕਿ ਅੱਜ ਦੇਸ਼ ਦਾ ਨੌਜਵਾਨ ਅਸੀਂ ਦੇਖਿਆ ਹੁਣ ਦਿੱਲੀ ਦੇ ਵਿਧਾਨ ਸਭਾ ਇਲੈਕਸ਼ਨ ਵੀ ਦੇਖੇ ਜਾਂ ਪੰਜਾਬ ਦੇ ਜਿਹੜੇ ਹੁਣ ਲੋਕ ਸਭਾ ਦੇ ਰਿਜ਼ਲਟ ਜੀ ਨਤੀਜਿਆਂ ਨੂੰ ਸਾਹਮਣੇ ਰੱਖ ਕੇ ਦੇਖੀ ਤਾਂ ਨੌਜਵਾਨ ਵਰਗ ਹੈ ਜਿਹੜਾ ਉਹ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕਿਆ ਉਹ ਚਾਹੁੰਦਾ ਹੈ ਕਿ ਕੋਈ ਨਾ ਕੋਈ ਤੀਜਾ ਬਦਲ ਆਵੇ ਕੀ ਅਜਿਹਾ ਸੰਭਵ ਹੁੰਦਾ ਲੱਗਦਾ ਤੁਹਾਨੂੰ ਦੇਸ਼ ਦੇ ਵਿੱਚ ਮੈਂ ਸੁਢੀ ਸਾਹਿਬ ਤੁਹਾਨੂੰ ਜਿਵੇਂ ਵੀ ਦੱਸ ਚੁੱਕਿਆ ਵਾਂ ਮਤਲਬ ਬਦਲ ਤੀਸਰਾ ਜਿਹੜਾ ਆਉਣਾ ਵਾ ਉਹ ਇੱਕ ਅਲੱਗ ਸੋਚ ਵਾ ਲੇਕਿਨ ਮੈਂ ਤੇ ਇਹ ਗੱਲ ਕਿਹਨਾ ਵਾਂ ਕਿ ਇਨ੍ਹਾਂ ਪਾਰਟੀਆਂ ਦਾ ਕੋਈ ਕਸੂਰ ਨਹੀਂ ਮੈਂ ਕਸੂਰ ਨਹੀਂ ਕੱਢਦਾ ਅਕਾਲੀ ਦਲ ਦਾ ਮੈਂ ਕਸੂਰ ਨਹੀਂ ਕੱਢਦਾ ਭਾਜਪਾ ਦਾ ਮੈਂ ਕਸੂਰ ਨਹੀਂ ਕੱਢਦਾ ਕੋਈ ਕਾਂਗਰਸ ਦਾ ਮੈਂ ਕਸੂਰ ਨਹੀਂ ਕੱਢਦਾ ਕੋਈ ਪੀਪਲ ਪਾਰਟੀ ਦਾ ਮੈਂ ਤੇ ਇਸ ਗੱਲ ਦੇ ਉੱਤੇ ਜ਼ਿਆਦਾ ਜ਼ੋਰ ਦਿਊਂਗਾ ਕਿ ਇਨ੍ਹਾਂ ਪਾਰਟੀਆਂ ਦੇ ਵਿੱਚ ਹੀ बड़े-बड़े ਵੱਡੇ ਲੀਡਰ ਹੋਏ ਆ ਕਾਂਗਰਸ ਦੇ ਵਿੱਚ ਦੇਖੋ ਲਾਲ ਬਹਾਦਰ ਸ਼ਾਸਤਰੀ ਵਰਗੇ ਲੀਡਰ ਹੋਏ ਆ ਜਵਾਰਲਾਲ ਨਹਿਰੂ ਵਰਗੇ ਹੋਏ ਆ ਇਹੋ ਜਿਹੇ ਲੀਡਰ ਆ ਜਿਨ੍ਹਾਂ ਨੇ ਦੇਸ਼ ਨੂੰ ਅੱਗੇ ਵਧਾਇਆ ਔਰ ਇਹ ਅੱਜ ਦੇ ਯੁੱਗ ਦੇ ਵਿੱਚ ਵੀ ਇਹਨਾਂ ਪਾਰਟੀਆਂ ਦੇ ਵਿੱਚ ਚੰਗੇ-ਚੰਗੇ ਲੀਡਰ ਕਿਤੇ ਨਾ ਕਿਤੇ ਬੈਠੇ ਆ ਤਾਂ ਕਰਕੇ ਹੀ ਇਹ ਲੋਕ ਜਿਹੜੇ ਆ ਥੋੜਾ ਬਹੁਤਾ ਇਹਨਾਂ ਨੂੰ ਰਾਜ ਕਰਨ ਦਾ ਮੌਕਾ ਦਿੰਦੇ ਆ ਔਰ ਮੇਰਾ ਯੋਰ ਤੀਸਰੇ ਬਦਲ ਵਾਲੇ ਪਾਸੇ ਘਟਾ ਮੇਰਾ ਯੋਰ ਚੰਗੀ ਲੀਡਰਸ਼ਿਪ ਪੈਦਾ ਕਰਨ ਵਾਲੇ ਪਾਸੇ ਜ਼ਿਆਦਾ ਕਿਉਂਕਿ ਭੁੱਟਰ ਸਾਹਿਬ ਅੱਜ ਜੀ ਦੇਖਿਓ ਦੋ ਦਹਾਕਿਆਂ ਤੋਂ ਪੰਜਾਬ ਨੇ ਨਹੀਂ ਨੀ ਪੂਰੇ ਹਿੰਦੁਸਤਾਨ ਨੇ ਦੇਖਿਆ ਕਿ ਕਿਸ ਤਰ੍ਹਾਂ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਫੈਲਿਆ ਉਸ ਤੋਂ ਪਹਿਲਾਂ ਉਹਨਾਂ ਨੇ ਦੇਖਿਆ ਕਿ ਬੀਜੇਪੀ ਅਟਲ ਬਿਹਾਰੀ ਵਾਜਪਾਈ ਦੇ ਵਿੱਚ ਵੇਲੇ ਵੀ ਬੀਜੇਪੀ ਕੋ ਜਿਆਦਾ ਸਫਲ ਨਹੀਂ ਹੋਈ ਨੌਜਵਾਨ ਦਾ ਦਿਲ ਚਾਹੁੰਦਾ ਹੈ ਕਿ ਤੀਸਰਾ ਬਦਲ ਆਵੇ ਉਹ ਇਹ ਰਵਾਇਤੀ ਪਾਰਟੀਆਂ ਤੋਂ ਹਟ ਕੇ ਇੱਕ ਵੀ ਕੋਈ ਰਾਜਸੀ ਬਦਲ ਦੇਖਣ ਦੇਖੋ ਇਹ ਤੇ ਲੋਕਾਂ ਨੇ ਫੈਸਲਾ ਕਰਨਾ ਹੈ ਲੋਕਾਂ ਨੇ ਫੈਸਲਾ ਕਰਨਾ ਤੀਸਰਾ ਬਦਲ ਕੀ ਹੋਣਾ ਚਾਹੀਦਾ ਵਾ ਬੜੇ ਹੀ ਚਿਰ ਤੋਂ ਪੰਜਾਬ ਦੇ ਵਿੱਚ ਸਰਦਾਰ ਗਰਚਨ ਸਿੰਘ ਟੋੜਾ ਹੋਣਾ ਨੇ ਕੋਸ਼ਿਸ਼ ਕੀਤੀ ਸਿਮਰਤਜੀਤ ਸਿੰਘ ਮਾਨ ਹੋਣਾ ਨੇ ਕੋਸ਼ਿਸ਼ ਕੀਤੀ ਕਈ ਬੜੇ ਬੜੇ ਵੱਡੇ ਲੀਡਰਾਂ ਨੇ ਕੋਸ਼ਿਸ਼ ਕੀਤੀ ਲੇਕਿਨ ਮਤਲਬ ਇਹ ਤੀਸਰਾ ਪੀਪੀਪੀ ਨੇ ਕੀਤੀ ਕੋਸ਼ਿਸ਼ ਪੀਪੀਪੀ ਨੇ ਵੀ ਕੀਤੀ ਉਹ ਜਾਰੀ ਅੱਜ ਵੀ ਲੇਕਿਨ ਇਹਦੇ ਵਾਸਤੇ ਇਕੱਲੇ ਇਕੱਲੇ ਲੀਡਰਾਂ ਦੇ ਵਿੱਚ ਨਹੀਂ ਇਹ ਲੋਕਾਂ ਨੂੰ ਵੀ ਇਮਾਨਦਾਰੀ ਦਿਖਾਉਣੀ ਪਹੂਗੀ ਲੋਕ ਚੱਲਦੇ ਤੇ ਤੀਸਰੇ ਬਦਲ ਦੇ ਨਾਲ ਅੱਜ ਜਦੋਂ ਵੋਟਾਂ ਦੀ ਵਾਰੀ ਆਉਂਦੀ ਆ ਉਸ ਦਿਨ ਸ਼ਾਮ ਨੂੰ ਹੀ ਜਿਹੜੇ ਆ ਸ਼ਰਧਾਤਾ ਨੂੰ ਇਹਨਾਂ ਦੇ ਘਰਾਂ 'ਚ ਪੈਸੇ ਪਹੁੰਚ ਜਾਂਦੇ ਆ ਤੇ ਅਗਲੇ ਦਿਨ ਸਵੇਰੇ ਜਿਹੜੀ ਆ ਇਹੋ ਪੁਰਾਣੀਆਂ ਪਾਰਟੀਆਂ ਇਹਨਾਂ ਦੇ ਹੱਕ ਜੀ ਵੋਟਾਂ ਪਕਤਾ ਦਿੰਦੇ ਆ ਲੋਕਾਂ ਨੇ ਆਪਣਾ ਜਮੀਰ ਮਾਰ ਲਿਆ ਹੋਇਆ ਵਾ ਪੈਸੇ ਨੇ ਫੈਸਿਲਟੀਆਂ ਨੇ ਲੋਕਾਂ ਨੂੰ ਇੰਨਾ ਜ਼ਿਆਦਾ ਲਾਲਚੀ ਬਣਾ ਦਿੱਤਾ ਗਿਆ ਵਾ ਇਹ ਤੀਸਰੇ ਬਦਲ ਦੀ ਗੱਲ ਸਿਰਫ ਮੀਡੀਆ ਦੇ ਵਿੱਚ ਕਹਿਣਾ ਹੀ ਇੱਕ ਚੰਗੀ ਗੱਲ ਵਾ ਲੇਕਿਨ ਤੀਸਰਾ ਬਦਲ ਪੈਦਾ ਕਰਕੇ ਉਹਨੂੰ ਇੰਪਲੀਮੈਂਟ ਕਰਨ ਵਾਸਤੇ ਬੜੇ ਚੰਗੇ ਇਮਾਨਦਾਰ ਲੋਕਾਂ ਨੂੰ ਹੋਰ ਅੱਗੇ ਆਉ ਫੇਰ ਹੀ ਕੋਈ ਇਹੋ ਜਿਹੀ ਕੋਈ ਗੱਲ ਬਣ ਸਕਦੀ ਗੱਟੋਸ ਪਰ ਜੇਕਰ ਆਪਾਂ ਦੇਖੀਏ ਕਿ ਹੁਣ ਜਿਹੜੇ ਲੋਕ ਸਭਾ ਦੇ ਨਤੀਜੇ ਆ ਪੰਜਾਬ ਦੇ ਉਹਦੇ ਵਿੱਚ ਉਹਨਾਂ ਨੇ ਤੀਜੇ ਬਦਲ ਨੂੰ ਹੰਗਾਰਾ ਦਿੱਤਾ ਆਮ ਆਦਮੀ ਪਾਰਟੀ ਦੇ ਐਮਪੀ ਜਿੱਤ ਕੇ ਜਾਣਾ ਇੱਕ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਮੈਂ ਸਮਝਦਾ ਮੈਂ ਕਿ ਇੱਥੇ ਪੰਜਾਬ ਦੇ ਵਿੱਚ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਨਾ ਕਰੀਏ ਇੱਥੇ ਸਿਰਫ ਇਹ ਗੱਲ ਕਰੀਏ ਵੀ ਲੀਡਰਸ਼ਿਪ ਜਿਹੜੀ ਮੌਜੂਦਾ ਲੀਡਰਸ਼ਿਪ ਸੀਗੀ ਉਹਦਾ ਗੁੱਸਾ ਲੋਕਾਂ ਨੇ ਕੋਈ ਜਿਹੜੇ ਕੈਂਡੀਡੇਟ ਆ ਇਹ ਵੀ ਕੁਝ ਕੈਂਡੀਡੇਟ ਇਹਨਾਂ ਦੇ ਚੰਗੇ ਸੀਗੇ ਇਹਨਾਂ ਦੀ ਆਪਣੀ ਨਿੱਜੀ ਅਸਰ ਸੁਖ ਬਹੁਤ ਚੰਗਾ ਸੀਗਾ ਤੁਸੀਂ ਪਟਿਆਲੇ ਤੋਂ ਡਾਕਟਰ ਸਾਹਿਬ ਦੇਖ ਲਓ ਅ ਉੱਥੋਂ ਸਰਦਾਰ ਸਾਧੂ ਸਿੰਘ ਜੀ ਦੇਖ ਲਓ ਇਹ ਜਿਹੜੇ ਲੀਡਰ ਆਮ ਆਦਮੀ ਪਾਰਟੀ ਨੇ ਚੁਣਿਆ ਇਹਨਾਂ ਦਾ ਪੁਰਾਣਾ ਆਪਣਾ ਅਸਰ ਸੂਕਾ ਜਿਹਦੇ ਕਰਕੇ ਇਹਨਾਂ ਨੂੰ ਵੋਟਾਂ ਪਈਆਂ ਲੋਕਾਂ ਨੇ ਇਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੂੰ ਵੋਟਾਂ ਪਾਈਆਂ ਕੋਈ ਤੀਸਰੇ ਬਦਲ ਕਰਕੇ ਆਮ ਆਦਮੀ ਪਾਰਟੀ ਕਰਕੇ ਇਹਨਾਂ ਨੂੰ ਵੋਟਾਂ ਨਹੀਂ ਪਾਈਆਂ ਤੇ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਸਾਰਾ ਦੇਸ਼ ਦੇਖ ਲਓ ਸਾਰੇ ਦੇਸ਼ ਦੇ ਵਿੱਚ ਚਾਰ ਸੀਟਾਂ ਕੱਲੀਆਂ ਪੰਜਾਬ ਦੇ ਵਿੱਚ ਹੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਬਸ ਸਥਿਤੀ ਇਹ ਆ ਕਿ ਜਿਹੜੀ ਲੀਡਰਸ਼ਿਪ ਆ ਉਹਦੀ ਚੰਗੀ ਕੁਆਲਿਟੀ ਹੋਵੇ ਤੇ ਪੰਜਾਬ ਦੇ ਲੋਕ ਜਿਹੜੇ ਉਹਦੇ ਤੇ ਮੋਹ ਰਲਣਗੇ ਉੱਠੋ ਸਭ ਇਸ ਗੱਲ ਨਾਲ ਕਿੰਨੇ ਕੁ ਸਹਿਮਤ ਹੋ ਕਿ ਜਿਹੜੇ ਪੰਜਾਬ ਦੇ ਵਿੱਚ ਚੰਗਾ ਦਿਮਾਗ ਹੈ ਚੰਗਾ ਦਿਮਾਗ ਅੱਜ ਪੰਜਾਬ ਦੇ ਵਿੱਚ ਵਸਣਾ ਨਹੀਂ ਚਾਹੁੰਦਾ ਜਦੋਂ ਉਹ ਚੰਗਾ ਪੜ ਲਿਖ ਜਾਂਦਾ ਤਾਂ ਉਹ ਵਿਦੇਸ਼ ਨੂੰ ਭਜਦਾ ਹੈ ਇਹ ਵੀ ਬੜੀ ਵੱਡੀ ਇੱਕ ਘਾਟ ਹੈ ਸੂਬੇ ਨੂੰ ਚਾਹੇ ਉਹ ਕਿਸੇ ਵੀ ਖੇਤਰ ਚ ਆਪਾਂ ਦੀ ਰਾਜਨੀਤੀ ਚ ਵੀ ਲਾ ਲਈਏ ਕਿਉਂਕਿ ਬ੍ਰੇਨ ਡ੍ਰੇਨ ਹੁੰਦਾ ਪਿਆ ਸਾਡਾ ਮੈਂ ਤੇ ਪਹਿਲਾਂ ਹੀ ਤੁਹਾਡੀ ਸਭ ਤਨ ਨੂੰ ਇਹ ਗੱਲ ਕਹੀ ਹੈ ਕਿ ਨੌਜਵਾਨਾਂ ਦਾ ਜਿਹੜਾ ਰਾਜਨੀਤੀ ਤੇ ਝੁਕਾਅ ਘਟਦਾ ਜਾ ਰਿਹਾ ਵਾ ਔਰ ਵਿਦੇਸ਼ਾਂ ਦੇ ਵਾਲੇ ਪਾਸੇ ਨੂੰ ਵੱਧਦਾ ਜਾ ਰਿਹਾ ਵਾ ਔਰ ਇਸ ਗੱਲ ਨੂੰ ਰੋਕਣ ਦੀ ਲੋੜ ਆ ਇਸ ਗੱਲ ਨੂੰ ਆਪਣੇ ਜਿਹੜੇ ਮੌਜੂਦਾ ਹਾਕਮ ਧਿਰਾਂ ਆ ਮੌਜੂਦਾ ਲੀਡਰ ਜਿਹੜੇ ਆ ਇਹਨਾਂ ਨੂੰ ਸਿਰਫ ਤੇ ਸਿਰਫ ਆਪਣੇ ਨਿੱਜੀ ਹਿੱਤਾਂ ਦੇ ਵਾਸਤੇ ਹੀ ਸਰਕਾਰਾਂ ਨੂੰ ਵਰਤਨ ਦੀ ਥਾਂ ਦੇ ਉੱਤੇ ਆਪਣੇ ਦੇਸ਼ ਦੇ ਪ੍ਰਤੀ ਦੇਸ਼ ਤੇ ਲੋਕਾਂ ਦੇ ਪ੍ਰਤੀ ਜਵਾਬਦੇਹ ਹੋਣ ਵਾਸਤੇ ਕੁਝ ਇਹੋ ਜਿਹੇ ਕੰਮ ਕਰਨੇ ਪੈਣਗੇ ਜਿਹਦੇ ਨਾਲ ਨੌਜਵਾਨਾਂ ਦਾ ਝੁਕਾ ਜਿਹੜਾ ਵਾ ਦੁਬਾਰਾ ਤੋਂ ਪੰਜਾਬ ਦੇ ਨਾਲ ਲੱਗੇ ਬੜੇ ਹੀ ਲੋਕ ਜਿਹੜੇ ਆ ਵਿਦੇਸ਼ਾਂ 'ਚ ਬੈਠੇ ਪੰਜਾਬ ਦੇ ਨਾਲ ਪੰਜਾਬ ਦੇ ਵਿੱਚ ਵਸਣਾ ਚਾਹੁੰਦੇ ਆ ਪੰਜਾਬ ਦੀ ਅ ਲੋਕਾਂ ਨੂੰ ਸਖ ਸੁਖ ਸਹੂਲਤਾਂ ਦੇ ਨਾਲ ਉਹਨਾਂ ਨੂੰ ਪ੍ਰਮੋਟ ਕਰਨਾ ਚਾਹੁੰਦੇ ਆ ਇੰਡਸਟਰੀ ਲਾਉਣਾ ਚਾਹੁੰਦੇ ਆ ਲੇਕਿਨ ਜਿਹੜੀਆਂ ਮੌਜੂਦਾ ਸਰਕਾਰ ਦੀਆਂ ਕੁਝ ਪਾਲਿਸੀਆਂ ਵਾਂ ਕੁਝ ਇਹੋ ਜਿਹੇ ਲੀਡਰ ਜਿਹੜੇ ਆ ਉਹਨਾਂ ਦੀਆਂ ਇਹੋ ਜਿਹੀਆਂ ਵਿਉਂਤਬੰਦੀਆਂ ਕਰਕੇ ਜਿਹੜੇ ਲੋਕ ਜਿਹੜੇ ਆ ਇੱਥੋਂ ਤੰਗ ਹੋ ਕੇ ਵਿਦੇਸ਼ਾਂ ਨੂੰ ਜਾਣਾ ਪਸੰਦ ਕਰ ਰਹੇ ਔਰ ਮੈਂ ਸਮਝਦਾ ਵਾਂ ਕਿ ਜੇ ਆਪਾਂ ਸਾਰੇ ਨੌਜਵਾਨ ਇਸ ਗੱਲ ਨੂੰ ਕਈ ਹੀ ਜਾਵਾਂਗੇ ਕਿ ਅਸੀਂ ਵਿਦੇਸ਼ ਹੀ ਜਾਣਾ ਵਾ ਤੇ ਫਿਰ ਸਾਡੀ ਜ਼ਿੰਮੇਵਾਰੀ ਫਿਰ ਦੇਸ਼ ਨੂੰ ਬਦਲੂਗਾ ਕੌਣ ਕਿਸੇ ਨੇ ਬਾਹਰੋਂ ਬਦਲਣ ਨਹੀਂ ਆਉਣਾ ਇੱਥੇ ਆਪ ਹੀ ਬਦਲਣਾ ਪੈਣਾ ਵਾ ਇਹ ਔਖਿਆਈਆਂ ਸਾਨੂੰ ਆਪ ਹੀ ਚੱਲਣੀਆਂ ਪੈਣੀਆਂ ਵਾ ਮੇਰੇ ਮੇਰੇ ਫਾਦਰ ਮੇਰੀ ਸਿਸਟਰ ਸਾਰੇ ਅਮਰੀਕਾ ਵਾ ਮੇਰੇ ਆਪਣਾ ਆਪਣਾ ਜਿਹੜੇ ਇਨਲਾਜ਼ਾ ਉਹ ਵੀ ਕੈਨੇਡਾ ਰਹਿੰਦੇ ਆਉਂਦੇ ਜਾਂਦੇ ਰਹਿੰਦੇ ਆ ਸਾਰੇ ਲੇਕਿਨ ਮੈਂ ਈਵਨ ਅਜੇ ਤੱਕ ਮੈਂ ਆਪਣਾ ਪਾਸਪੋਰਟ ਨਹੀਂ ਬਣਾਇਆ ਮੈਂ ਆਪਣੇ ਬੇਟੇ ਦਾ ਪਾਸਪੋਰਟ ਨਹੀਂ ਬਣਾਇਆ ਮੈਂ ਆਪਣੀ ਵਾਈਫ ਦਾ ਨਹੀਂ ਬਣਾਇਆ ਕਿ ਹਾਂ ਸਾਡੇ ਵਾਸਤੇ ਵਿਦੇਸ਼ ਚ ਜਾ ਕੇ ਸੈਟਲ ਹੋਣਾ ਕੋਈ ਮਕਸਦ ਨਹੀਂ ਆ ਮੇਰੀਆਂ ਜ਼ਿੰਮੇਵਾਰੀਆਂ ਜਿਹੜੀਆਂ ਵਾਂ ਕੱਲੀਆਂ ਆਪਣੇ ਪਰਿਵਾਰ ਪ੍ਰਤੀ ਨਹੀਂ ਆਪਣੇ ਦੇਸ਼ ਪ੍ਰਤੀ ਵੀ ਆਪਣੇ ਸੂਬੇ ਪ੍ਰਤੀ ਵੀ ਆਪਾਂ ਆਪਣੀ ਜ਼ਿੰਦਗੀ ਨੂੰ ਸੰਘਰਸ਼ ਦੇ ਵਿੱਚ ਕੁਝ ਕਰਕੇ ਇਹੋ ਜਿਹਾ ਕਰੀਏ ਜਿੱਦਾਂ ਪੰਜਾਬ ਦੇ ਲੋਕਾਂ ਦਾ ਕੋਈ ਨਵੀਂ ਸੇਧ ਦਿੱਤੀ ਜਾ ਸਕੇ ਜਿਹੜਾ ਲੋਕਾਂ ਦਾ ਹੌਸਲਾ ਜਿਹੜਾ ਵਾ ਵਧੇ ਵੀ ਨਹੀਂ ਇੱਥੇ ਹੀ ਸੰਘਰਸ਼ ਕਰਕੇ ਅਸੀਂ ਕੋਈ ਲੋਕਾਂ ਨੂੰ ਸੁਖ-ਸਹੂਲਤਾਂ ਵਾਲੇ ਪਾਸੇ ਨੂੰ ਲੈ ਕੇ ਚੱਲੀਏ ਜੇ ਸਾਰੇ ਹੀ ਇੱਥੋਂ ਛੱਡ ਕੇ ਵਿਦੇਸ਼ਾਂ ਚਲੇ ਗਏ ਤੇ ਫਿਰ ਤੇ ਪੰਜਾਬ ਦਾ ਜਿਹੜਾ ਭਲਾ ਕਦੀ ਨਹੀਂ ਹੋ ਸਕਦਾ ਜੀ ਬੁੱਟਰ ਸਾਹਿਬ ਚਰਚਾ ਚ ਭਾਗ ਲੈਣ ਲਈ ਆਏ ਤੁਹਾਡਾ ਬਹੁਤ-ਬਹੁਤ ਧੰਨਵਾਦੀਆਂ ਫਿਰ ਇੱਕ ਨਵੀਂ ਸ਼ਖਸੀਅਤ ਨਾਲ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਆਗਿਆ ਦਿਓ ਧੰਨਵਾਦ